ਸੋ ਆਪਣੀਆਂ ਭੈਣਾਂ ਜੋ ਪਿੰਡਾਂ 'ਚ ਵੀ ਹੈ ਉਹਨਾਂ ਨੂੰ ਨਾਲ ਲੈ ਕੇ ਐਂਡ ਲੈਟਸ ਮੇਕ ਅ ਚੇਂਜ, ਕਿਉਂਕਿ ਜੋ ਉਹਨਾਂ 'ਚ ਹੁਨਰ ਹੈ ਸ਼ਾਇਦ ਸਾਡੇ 'ਚ ਨਹੀਂ ਹੈ। ਇੱਕ ਬੜੀ ਸੋਹਣੀ ਦਰੀ ਦੇ ਪੈਟਰਨਸ ਵਾਂਗੂ ਇੱਕ ਬੜਾ ਕੋਸ਼ਿਸ਼ ਕਰਾਂਗੇ ਖੁਸ਼ਹਾਲ ਜਿਹਾ ਅੰਮ੍ਰਿਤਸਰ ਬਣਾਉਣ। ਰੂਰਲ ਦੀ ਲੋਕਾਂ ਨੂੰ ਲੈ ਕੇ ਡਿਜ਼ਾਈਨਰਸ ਐਕਸਪਰਟਸ ਫਿੱਕੀ ਫਲੋ ਦੇ ਟੁਗੈਦਰ ਕਰਕੇ ਪ੍ਰੋਡਕਟਸ ਵੇਟ ਫੋਰ ਦੈਮ। ਪੰਜਾਬ ਦੀ ਕੁੜੀਆਂ ਤਾਂ ਮੁੰਡਿਆਂ ਨਾਲੋਂ ਬਹੁਤ ਅੱਗੇ ਨਿਕਲ ਗਈਆਂ ਪੜ੍ਹਾਈ ਦੇ ਵਿੱਚ, ਜੱਜਸ ਟੂ ਡਾਕਟਰਸ ਐਵਰੀਵੇਅਰ ਦ ਗਰਲਸ ਆਰ ਦੇਰ। ਏਜੰਡਾ ਤਾਂ ਇੱਕੋ ਹੀ ਹੈ, ਇੰਪਾਵਰ 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 ਨੋਟ ਓਨਲੀ ਦ ਵਿਮੈਨ ਜਿਹੜੀਆਂ ਕਿ ਸਾਡੇ ਮੈਂਬਰਸ ਹੈ ਬਟ ਵਿਮੈਨ ਐਟ ਲਾਰਜ ਐਂਡ ਆਲਸੋ ਵਿਮੈਨ ਜਿਹੜੀਆਂ ਸੋਸ਼ੋ ਇਕਨੋਮਿਕ ਸਟੇਟਸ ਦੇ ਵਿੱਚ ਥੋੜ੍ਹੀਆਂ ਲੋਅਰ ਹੈ। ਸੋ ਆਪਣੀਆਂ ਭੈਣਾਂ ਜੋ ਪਿੰਡਾਂ 'ਚ ਵੀ ਹੈ ਉਹਨਾਂ ਨੂੰ ਨਾਲ ਲੈ ਕੇ ਐਂਡ ਲੈਟਸ ਮੇਕ ਅ ਚੇਂਜ, ਕਿਉਂਕਿ ਜੋ ਉਹਨਾਂ 'ਚ ਹੁਨਰ ਹੈ ਸ਼ਾਇਦ ਸਾਡੇ 'ਚ ਨਹੀਂ ਹੈ, ਤਾਂ ਜੋ ਅਸੀਂ ਉਹਨਾਂ ਨੂੰ ਅੱਗੇ ਪ੍ਰਜੈਂਟ ਕਰ ਸਕਦੇ ਹਾਂ ਤਾਂ ਇੱਕ ਵਿਨ ਵਿਨ ਸਿਚੁਏਸ਼ਨ ਹੋ ਜਾਵੇ। ਕਿੰਨਾ ਜ਼ਰੂਰੀ ਹੈ ਜੀ? ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ, ਬਿਕੋਜ਼ ਅਗਰ ਅਸੀਂ ਆਪਣੀਆਂ ਭੈਣਾਂ ਦੇ ਨਾਲ ਰਲਾਂਗੇ ਐਂਡ ਟੋਟਲ ਮਿਲ ਕੇ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਸੋ ਵੈਨ ਵਿਮੈਨ ਗੈਟ ਟੁਗੈਦਰ ਮਿਰਕਲਸ ਹੈਪਨ ਐਂਡ ਅਸੀਂ ਸਾਰੇ ਮਿਲ ਕੇ ਇੱਕ ਬੜੀ ਸੋਹਣੀ, ਜਿਵੇਂ ਤੁਸੀਂ ਦਰੀ ਵੀਵ ਕਰਦੇ ਹੋ, ਇੱਕ ਬੜੀ ਸੋਹਣੀ ਦਰੀ ਦੇ ਪੈਟਰਨਸ ਵਾਂਗੂ ਇੱਕ ਬੜਾ ਕੋਸ਼ਿਸ਼ ਕਰਾਂਗੇ ਖੁਸ਼ਹਾਲ ਜਿਹਾ ਅੰਮ੍ਰਿਤਸਰ ਬਣਾਉਣ ਦਾ। ਸਮਝੋ ਉਹਨਾਂ ਨੂੰ ਮਾਰਕੀਟ ਦੀ ਜ਼ਰੂਰਤ ਹੈ, ਕਿਉਂਕਿ ਐਜ਼ ਅ ਵੁਮਨ ਤੁਸੀਂ ਐਜ਼ ਅ ਪੜ੍ਹੇ ਲਿਖੇ ਵੁਮਨ ਜਾਂ ਇੱਕ ਸੰਸਥਾ ਦੇ ਤੌਰ ਤੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਲੈਂਦੇ ਹੋ। ਹਾਂਜੀ, ਪਿੰਡ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਰੂਰਲ ਲੋਕ ਨੇ ਉਹਨਾਂ ਨੂੰ ਨਹੀਂ ਹੋਗਾ? ਸੋ ਉਹਦੇ ਲਈ ਵਿਮਨ ਸਟਾਰਟਅਪਸ ਹੈਗੇ ਫਿੱਕੀ ਫਲੋ ਦੇ ਐਂਡ ਉਹਦੇ 'ਚ ਕੀ ਹੈਗਾ, ਜਿਵੇਂ ਸਭ ਤੋਂ ਵਧੀਆ ਜੁਆਇਨ ਵਾਲਾ ਗੁੜ ਮੈਨੂੰ ਕੋਈ ਮਰੀਜ਼ ਦੇ ਕੇ ਗਿਆ ਸੀ ਐਂਡ ਆਈ ਹੈਡ ਦਿਸ ਇਨ ਮਾਈਂਡ ਕਿ ਇਹਦਾ ਮੈਂ ਸਟਾਰਟਅਪ ਜ਼ਰੂਰ ਕਰਾਉਂਗੀ, ਬਿਕੋਜ਼ ਅੱਜ ਕੱਲ੍ਹ ਚੋਕਲੇਟਸ ਵਗੈਰਾ ਖਤਮ ਹੋ ਗਏ ਹੈ ਐਂਡ ਜੋ ਨਾਨੀ ਦਾਦੀ ਦੀਆਂ ਰੈਸਪੀਜ਼ ਪਿੰਡਾਂ ਦੀਆਂ ਉਹ ਸਾਨੂੰ ਤਾਂ ਬਣਾਉਣਾ ਹੀ ਨਹੀਂ ਆਉਂਦਾ। ਸੋ ਲੈ ਅਸੀਂ ਉਹਨਾਂ ਦੀ ਪੈਕੇਜਿੰਗ ਸਟਿੱਕਰਸ ਵਗੈਰਾ ਲਾ ਕੇ ਅੱਛਾ ਕਰਕੇ, ਜਿਵੇਂ ਉਹ ਦੇਖੋ ਇੱਕ ਬੀਜੀ ਦੀ ਬਰਫੀ ਟਾਈਪਸ ਕਿਹੜੀ ਉਮਰ ਜਾ ਕੇ ਬਣਾਇਆ। ਸੋ ਜਿਹੜਾ ਅਸਲੀ ਸ਼ੁੱਧ ਖਾਲਸ ਟੇਸਟ ਇੱਕ ਤਾਂ ਪ੍ਰਿਜ਼ਰਵ ਹੋ ਜੂਗਾ। ਇਹੀ ਨਹੀਂ, ਐਮਬਰੋਇਡਰੀਜ਼, ਦਰੀਆਂ, ਫੁਲਕਾਰੀਆਂ, ਕਿੰਨਾ ਕੁਛ ਅਸੀਂ ਕਰ ਸਕਦੇ ਹਾਂ ਥੋੜ੍ਹਾ ਇੱਕ ਨਿਆ ਰੂਪ ਦੇ ਕੇ ਐਂਡ ਉਹਨਾਂ ਦਾ ਜੋ ਕਰ ਰਹੇ ਆ ਉਹਨੂੰ ਥੋੜ੍ਹਾ ਜਿਹਾ ਸਮਾਰਟ ਕਰਕੇ। ਰੂਰਲ ਮਾਰਕੀਟ ਕਰੋਗੇ? ਰੂਰਲ ਦੀ ਲੋਕਾਂ ਨੂੰ ਲੈ ਕੇ ਡਿਜ਼ਾਈਨਰਸ ਐਕਸਪਰਟਸ ਫਿੱਕੀ ਫਲੋ ਦੇ ਟੁਗੈਦਰ ਕਰਕੇ ਪ੍ਰੋਡਕਟਸ ਵੇਟ ਫੋਰ ਦੈਮ। ਕਿੰਨਾ ਜ਼ਰੂਰਤ ਹੈ ਪੰਜਾਬ ਨੂੰ ਇਸ ਚੀਜ਼? ਬਹੁਤ ਪੋਟੈਂਸ਼ੀਅਲ। ਕਿੰਨੀ? ਬਹੁਤ ਜ਼ਿਆਦਾ। ਕਿੰਨੇ ਸਾਡੇ ਪੰਜਾਬੀ ਬਾਹਰ ਵਸੇ ਹੋਏ ਹੈ, ਉਹ ਤਾਂ ਕੋਈ ਚਾਹੁੰਦੇ ਕਿ ਇਹ ਸਾਡੇ ਕੋਲ ਤਾਂ ਸਾਰਾ ਕੁਛ ਹੈਗਾ, ਕੋਈ ਨਵੀਂ ਚੀਜ਼ ਪੇਸ਼ ਕਰੋ ਐਂਡ ਸਾਡੀ ਪੰਜਾਬ ਬਹੁਤ ਖੁਸ਼ਹਾਲ ਹੈ। ਬਾਹਰ ਬਹੁਤ ਲੋਕ ਹੈ, ਉਹ ਜਦੋਂ ਵਿਆਹਾਂ ਲਈ ਵੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ। ਸਿਰਫ ਇਸ ਚੀਜ਼ ਨੂੰ ਨਾ ਇੱਕ ਆਕਾਰ ਦੇਣਾ, ਇੱਕ ਪ੍ਰੋਪਰ ਆਕਾਰ ਐਂਡ ਦੈਨ ਵੀ ਆ ਗੁੱਡ ਟੂ ਗੋ। ਕਿੰਨਾ ਕੁ ਕੀ ਪ੍ਰਯਾਸ ਰਹੇਗਾ? ਫਸਟ ਸਟੈਪ ਕੀ? ਬਹੁਤ ਜ਼ਿਆਦਾ ਜੀ, ਦਿਸ ਰੂਰਲ ਲਾਈਵਲੀਹੁੱਡ, ਸਕਿਲਿੰਗ, ਹੈਂਡਲੂਮ ਰਿਵਾਈਵਲ, ਦੈਨ ਦਿਸ ਡਿਜੀਟਲ ਲਿਟਰੇਸੀ, ਫਾਈਨੈਂਸ਼ੀਅਲ ਲਿਟਰੇਸੀ ਫੋਰ ਆਰ ਓਨ ਮੈਂਬਰਸ, ਉਹਨਾਂ ਨੂੰ ਦੱਸਣਾ ਕਿ ਰਿਟਾਇਰਮੈਂਟ ਕਿਵੇਂ ਪਲਾਨ ਕਰਨੀ ਹੈ। ਸੋ ਹਰ ਜਗ੍ਹਾ 'ਤੇ ਦੇਖ ਕੇ ਕਿਹਨੂੰ ਕੀ ਲੋੜ ਹੈ ਉਹਦੇ ਮੁਤਾਬਕ, ਆਏ ਨਹੀਂ ਕਿ ਹਰ ਚੀਜ਼ ਸਭ ਲਈ ਨਹੀਂ, ਜਿਹਨੂੰ ਜੋ ਜ਼ਰੂਰਤ ਹੈ ਉਹਦੇ ਮੁਤਾਬਕ ਇਨੀਸ਼ੀਏਟਿਵਸ ਪਲਾਨ ਕੀ। ਪੰਜਾਬ ਦੀ ਗਰਲਸ ਕਿੰਨੀ ਪੋਟੈਂਸ਼ੀਅਲ? ਬਹੁਤ ਜ਼ਿਆਦਾ। ਪੰਜਾਬ ਦੀ ਕੁੜੀਆਂ ਤਾਂ ਮੁੰਡਿਆਂ ਨਾਲੋਂ ਬਹੁਤ ਅੱਗੇ ਨਿਕਲ ਗਈਆਂ ਪੜ੍ਹਾਈ ਦੇ ਵਿੱਚ, ਜੱਜਸ ਟੂ ਡਾਕਟਰਸ ਐਵਰੀਵੇਅਰ ਦ ਗਰਲਸ ਆਰ ਦੇਰ। ਨਵਾਂ ਪਲੇਟਫਾਰਮ ਮਿਲੇਗਾ ਜਦੋਂ? ਬਿਲਕੁਲ ਮਿਲੇਗਾ। ਕੀ ਅਪੀਲ ਕਰਨਾ ਚਾਹੋਗੇ ਲੋਕਾਂ? ਆਈ ਅਪੀਲ ਐਵਰੀਵਨ, ਮੈਂ ਸਿਰਫ ਇੱਕ ਚੀਜ਼ ਕਹਿ ਰਹੀ ਹੈ ਕਿ ਹਰ ਔਰਤ ਨੂੰ ਅਗਰ ਉਹ ਕਿਤੇ ਪਹੁੰਚ ਗਈ ਹੈ ਮੁਕਾਮ ਦੇ ਵਿੱਚ ਤਾਂ ਦੋ ਔਰਤਾਂ ਦੀ ਮਦਦ ਕਰ ਦੇ ਅਤੇ ਉਹ ਦੋ ਔਰਤਾਂ ਅੱਗੇ ਚਾਰ ਦੀ ਕਰ ਦੇਣ। ਵਿਮੈਨ ਨੂੰ ਇੱਕ ਦੂਸਰੇ ਨਾਲ ਮਿਲ ਕੇ ਹੈਂਡ ਹੋਲਡ ਕਰਨਾ ਚਾਹੀਦਾ ਅਤੇ ਇੱਕ ਦੂਸਰੇ ਤੋਂ ਯੂ ਨੋ ਇੱਕ ਦੂਸਰੇ ਲਈ ਕਲੈਪ ਕਰਨਾ ਚਾਹੀਦਾ, ਇੱਕ ਦੂਸਰੇ ਨੂੰ ਅੱਗੇ ਵਧਾਉਣਾ ਚਾਹੀਦਾ। ਇਹ ਨਹੀਂ ਕਿ ਇਹ ਅੱਛਾ ਕਿਉਂ ਕਰ ਰਹੀ ਹੈ। ਸੋ ਵੀ ਹੈਵ ਟੂ ਵਰਕ ਟੁਗੈਦਰ ਟੂ ਮੇਕ ਅ ਡਿਫਰੈਂਸ। ਸਪਨੇ ਪੂਰੇ ਹੋਣਗੇ? ਬਿਲਕੁਲ, 100% ਮੈਨੇ ਮੈਨੀਫੈਸਟ ਕੀਆ।